कैप्टन अमरिंदर सिंह पाकिस्तान की अपनी महिला मित्र नूं लैके कई बार चर्चा दे विच भी रहे ने ते विवादां दे विच भी रहे ने। एक बार फिर अपने एक दोस्त करके कैप्टन अमरिंदर सिंह ते सवाल खड़े होए ने। भावें उन्हां दा दोस्त होवे भावें कोई भी होवे उन्हां दी सरकार दा कोई भी नुमाइंदा साडी मां बोली दे उपर है ना वार करे साडी कौम दे उपर वार करे साडे हक्कां दे उपर डाका मारे तां ਇਹ ਗੱਲ ਅਸੀਂ ਪੰਜਾਬੀ ਬਿਲਕੁਲ ਨਹੀਂ ਪਸੰਦ ਕਰਾਂਗੇ। 10/6/2020 ਨੂੰ ਇੱਕ ਮਤਾ ਲੈ ਕੇ ਆਏ ਚੇਅਰਮੈਨ ਸਾਹਿਬ ਵੀ ਜਿਹੜੀਆਂ 172 ਪੋਸਟਾਂ ਨਿਕਲੀਆਂ ਉਹਨਾਂ ਦੇ ਲਈ ਜਿਹੜੀ ਕੁਆਲੀਫਿਕੇਸ਼ਨ ਆ ਉਹਦੇ ਵਿੱਚ 10ਵੀਂ ਦੀ ਯੋਗਤਾ ਪੰਜਾਬੀ ਜਿਹੜੀ 10ਵੀਂ ਤੱਕ ਪੜ੍ਹੀ ਹੋਣੀ ਆ ਉਹ ਹਟਾ ਦਿੱਤੀ ਜਾਵੇ। ਇੱਕ ਪੰਜਾਬੀ ਨੇ ਸਾਡੇ ਸਾਰਿਆਂ ਨੂੰ ਇਸ ਕਟਹਿਰੇ ਵਿੱਚ ਇਸ ਜਗ੍ਹਾ 'ਤੇ ਲਿਆ ਕੇ ਖੜਾ ਕਰ ਦਿੱਤਾ, ਆਪਣੀ ਗੱਦਾਰੀ ਕੀਤੀ, ਪਤਾ ਨਹੀਂ ਕੀ ਸੀਗੇ ਉਹਦੇ ਮੋਟਿਵ। ਜਿਹੜੇ ਅਬਦੁਲ ਵਾਹਿਦ ਪਟਿਆਲੇ ਤੋਂ ਨੇ ਇਹਨਾਂ ਨੇ ਪੰਜਾਬੀਆਂ ਨੇ ਹੋਣਾ ਪੰਜਾਬੀ ਹੋ ਕੇ ਧੋਖਾ ਕੀਤਾ। ਮਤਲਬ ਇਹਨਾਂ ਦੀ ਨਜ਼ਰ ਵਿੱਚ ਇੱਦਾਂ ਹੈ ਕਿ ਪੰਜਾਬੀ ਜਿਹੜਾ ਨੌਜਵਾਨ ਹੈ ਕਾਬਿਲ ਨਹੀਂ ਹੈ। ਕੈਪਟਨ ਅਮਰਿੰਦਰ ਸਿੰਘ ਪਾਕਿਸਤਾਨ ਦੀ ਆਪਣੀ ਮਹਿਲਾ ਮਿੱਤਰ ਨੂੰ ਲੈ ਕੇ ਕਈ ਵਾਰ ਚਰਚਾ ਦੇ ਵਿੱਚ ਵੀ ਰਹੇ ਨੇ ਅਤੇ ਵਿਵਾਦਾਂ ਦੇ ਵਿੱਚ ਵੀ ਰਹੇ ਨੇ, ਪਰ ਇੱਕ ਵਾਰ ਫਿਰ ਆਪਣੇ ਇੱਕ ਦੋਸਤ ਕਰਕੇ ਕੈਪਟਨ ਅਮਰਿੰਦਰ ਸਿੰਘ 'ਤੇ ਸਵਾਲ ਖੜ੍ਹੇ ਹੋਏ ਨੇ। ਅਤੇ ਖਬਰਸਾਰ ਚੈਨਲ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ, ਮੈਂ ਹਾਂ ਤੁਹਾਡੇ ਨਾਲ ਠਾਕੁਰ ਅਮਨਦੀਪ ਸਿੰਘ। ਅਸੀਂ ਗੱਲ ਕਰ ਰਹੇ ਹਾਂ ਵਕਫ ਬੋਰਡ ਦੀ, ਜਾਂ ਕਹੀਏ ਮੁਸਲਿਮ ਭਾਈਚਾਰੇ ਦੀ, ਪਰ ਉਸ ਤੋਂ ਵੀ ਪਹਿਲਾਂ ਗੱਲ ਹੈ ਪੰਜਾਬੀ ਮਾਂ ਬੋਲੀ ਦੀ। ਸਾਡੇ ਨਾਲ ਕੁਛ ਨੌਜਵਾਨ ਖੜ੍ਹੇ ਨੇ, ਗੱਲਬਾਤ ਕਰਾਂਗੇ ਅਤੇ ਪੁੱਛਾਂਗੇ ਕਿ ਆਖਿਰ ਮੁੱਦਾ ਕੀ ਹੈ। ਸਭ ਤੋਂ ਪਹਿਲਾਂ ਸਵਾਗਤ ਹੈ ਭਾਅ ਜੀ ਦੇ ਖਬਰਸਾਰ ਚੈਨਲ 'ਤੇ। ਤੁਹਾਡਾ ਵੀ ਬਹੁਤ ਧੰਨਵਾਦ ਜੀ। ਆਪਣਾ ਭਾਈ ਸ਼ੁਭ ਨਾਮ ਕੀ ਹੈ? ਮੈਂ ਨਿੰਨੀ ਹਾਂ ਜੀ, ਮੇਰਾ ਨਾਮ ਨਿੰਨੀ ਹੈ, ਮੈਂ ਸਮਰਾਲੇ ਦਾ ਰਹਿਣ ਵਾਲਾ ਜੀ। ਭਾਅ ਜੀ ਮਸਲਾ ਕੀ ਹੈ? ਸੁਣਨ 'ਚ ਆ ਰਿਹਾ ਕਿ ਕੈਪਟਨ ਸਾਹਿਬ ਨੇ ਆਪਣੀ ਦੋਸਤੀ ਦੀ ਖਾਤਰ ਵਕਫ ਬੋਰਡ ਕਹਿ ਲਓ ਜਾਂ ਪੰਜਾਬੀ ਮਾਂ ਬੋਲੀ ਦੇ ਨਾਲ ਕਿਤੇ ਨਾ ਕਿਤੇ ਪੰਜਾਬੀ ਮਾਂ ਬੋਲੀ ਨੂੰ ਦਰਕਿਨਾਰ ਕੀਤਾ ਹੈ, ਮਾਮਲਾ ਕੀ ਹੈ? ਦੇਖੋ, ਮਾਮਲਾ ਸਾਡਾ ਕੈਪਟਨ ਸਾਹਿਬ ਦੀ ਦੋਸਤੀ ਦੇ ਉੱਪਰ ਕੋਈ ਕਿੰਤੂ ਨਹੀਂ, ਉਹ ਜੀ ਸਰ ਕੇ ਨਿਭਾਉਣ। ਪਰ ਜੇਕਰ ਉਹਨਾਂ ਦਾ ਦੋਸਤ ਕੋਈ ਵੀ ਹੋਵੇ, ਭਾਵੇਂ ਉਹਨਾਂ ਦਾ ਦੋਸਤ ਹੋਵੇ ਭਾਵੇਂ ਕੋਈ ਵੀ ਹੋਵੇ, ਉਹਨਾਂ ਦੀ ਸਰਕਾਰ ਦਾ ਕੋਈ ਵੀ ਨੁਮਾਇੰਦਾ ਸਾਡੀ ਮਾਂ ਬੋਲੀ ਦੇ ਉੱਪਰ ਹੈ ਨਾ ਵਾਰ ਕਰੇ ਸਾਡੀ ਕੌਮ ਦੇ ਉੱਪਰ ਵਾਰ ਕਰੇ ਸਾਡੇ ਹੱਕਾਂ ਦੇ ਉੱਪਰ ਡਾਕਾ ਮਾਰੇ ਤਾਂ ਇਹ ਗੱਲ ਅਸੀਂ ਪੰਜਾਬੀ ਬਿਲਕੁਲ ਨਹੀਂ ਪਸੰਦ ਕਰਾਂਗੇ। ਭਾਵੇਂ ਮੁਸਲਮਾਨ ਹੋਵੇ, ਭਾਵੇਂ ਸਿੱਖ ਹੋਵੇ, ਭਾਵੇਂ ਹਿੰਦੂ ਹੋਵੇ, ਅਸੀਂ ਸਾਰੇ ਰਲ ਕੇ ਉਹਦਾ ਵਿਰੋਧ ਕਰਾਂਗੇ। ਬਿਲਕੁਲ ਸਹੀ ਤੁਸੀਂ ਕਿਹਾ, ਕਿਉਂਕਿ ਅਸੀਂ ਪਹਿਲਾਂ ਪੰਜਾਬੀ ਹਾਂ, ਪੰਜਾਬੀ ਮਾਂ ਬੋਲੀ ਸਾਡੇ ਲਈ ਬਹੁਤ ਜ਼ਰੂਰੀ ਹੈ। ਅਤੇ ਮਸਲਾ ਕੀ ਹੈ, ਮਾਮਲਾ ਕੀ ਹੋਇਆ ਹੈ, ਕੀ ਨਵਾਂ ਨਿਕਲ ਕੇ ਆਇਆ ਜਿਸ ਕਰਕੇ ਕਿ ਸਵਾਲ ਉੱਠਣੇ ਸ਼ੁਰੂ ਹੋਏ ਨੇ? ਮਸਲਾ ਇਹ ਹੈ ਜੀ ਵੀ 10/6/2020 ਨੂੰ ਪੰਜਾਬ ਵਕਫ ਬੋਰਡ ਦੀ ਮੀਟਿੰਗ ਹੋਈ। ਪੰਜਾਬ ਵਕਫ ਬੋਰਡ ਦੇ 10 ਮੈਂਬਰ ਹੁੰਦੇ ਨੇ ਭਾਈ ਜਾਨ, ਉਹਦੇ ਮੈਂਬਰਾਂ ਦੇ ਵਿੱਚ ਬੋਰਡ ਨੂੰ ਚਲਾਉਣ ਦੀ ਉਹਨਾਂ ਦੀ ਜ਼ਿੰਮੇਵਾਰੀ ਹੁੰਦੀ ਹੈ। ਅਤੇ ਪੰਜਾਬ ਵਕਫ ਬੋਰਡ ਦੇ ਵਿੱਚ 35 ਸਾਲ ਬਾਅਦ 172 ਪੋਸਟਾਂ ਨਿਕਲੀਆਂ ਨੇ, ਅਤੇ ਇਹ ਪੋਸਟਾਂ ਹੁਣ ਨਿਕਲੀਆਂ ਨੇ ਤਾਂ ਪੰਜਾਬ ਵਕਫ ਬੋਰਡ ਇੰਡੀਪੈਂਡੈਂਟ ਪੰਜਾਬ ਦੇ ਅੰਡਰ ਆ। ਇਸ ਤੋਂ ਪਹਿਲਾਂ 3 ਸਟੇਟਾਂ ਦਾ ਸੀਗਾ, ਹਿਮਾਚਲ, ਹਰਿਆਣਾ ਅਤੇ ਪੰਜਾਬ ਦਾ। ਹੁਣ ਇੰਡੀਪੈਂਡੈਂਟ ਪੰਜਾਬ ਦਾ, ਯਾਨੀ ਇੰਡੀਪੈਂਡੈਂਟ ਪੰਜਾਬ ਦੇ ਵਕਫ ਬੋਰਡ ਦੇ ਵਿੱਚ ਪਹਿਲੀ ਵਾਰੀ ਪੋਸਟਾਂ ਨਿਕਲੀਆਂ ਨੇ, 172 ਪੋਸਟਾਂ। ਅਤੇ ਜਿਸ ਤਰ੍ਹਾਂ ਸਾਡੇ ਪੰਜਾਬ ਦੇ ਸਾਰੇ ਵਿਭਾਗਾਂ ਦੇ ਵਿੱਚ, ਮਹਿਕਮਿਆਂ ਦੇ ਵਿੱਚ ਓਬਵੀਅਸਲੀ ਇਹ ਸ਼ਰਤ ਆ ਵੀ ਮਾਂ ਬੋਲੀ ਨੂੰ ਪਹਿਲ ਦੇਣੀ, 10ਵੀਂ ਤੱਕ ਪੰਜਾਬੀ ਪੜ੍ਹੀ ਹੋਣੀ ਲਾਜ਼ਮੀ ਹੈ। ਪਰ ਇਸ ਮੀਟਿੰਗ ਦੇ ਵਿੱਚ ਇਹ ਮਤਾ ਲੈ ਕੇ ਆਉਂਦਾ ਚੇਅਰਮੈਨ ਸਾਹਿਬ ਹੋਰਾਂ ਨੇ, ਕਿਉਂਕਿ ਉਹ ਯੂਪੀ ਤੋਂ ਰਾਮਪੁਰ ਰਿਆਸਤ ਦੇ ਨਵਾਬ ਸਾਹਿਬ ਨੇ ਅਤੇ ਮਹਾਰਾਜਾ ਸਾਹਿਬ ਦੇ ਨਿੱਜੀ ਦੋਸਤ ਨੇ। ਸਾਨੂੰ ਉਹਨਾਂ ਦੀ ਦੋਸਤੀ 'ਤੇ ਕੋਈ ਕਿੰਤੂ ਨਹੀਂ, 2017 ਤੋਂ ਲੱਗੇ ਹੋਏ ਨੇ, ਸਾਨੂੰ ਕੋਈ। ਹੁਣ ਕੀ ਹੋਇਆ ਹੈ ਫੈਸਲਾ ਕਿ ਪੰਜਾਬੀ 10th ਜਿਹੜੀ 10ਵੀਂ ਪੰਜਾਬੀ ਦੇ ਵਿੱਚ ਕੰਪਲਸਰੀ ਜਿਹੜੀ ਹੁੰਦੀ ਸੀ ਪਹਿਲਾਂ, ਉਹ ਹੁਣ ਕੰਪਲਸਰੀ ਨਹੀਂ ਹੈ, ਕੋਈ ਵੀ ਬੰਦਾ ਪੜ੍ਹ ਸਕਦਾ? ਭਾਅ ਜੀ ਉਹੀ ਮੈਂ ਗੱਲ 'ਤੇ ਆਉਣਾ, ਮਹਾਰਾਜਾ ਸਾਹਿਬ ਨੇ ਇਹਨੂੰ 2017 ਤੋਂ ਲਾਇਆ ਹੋਇਆ ਚੇਅਰਮੈਨ ਸਾਹਿਬ ਨੂੰ। ਸਾਨੂੰ ਉਹਨਾਂ 'ਤੇ ਕੋਈ ਇਤਰਾਜ਼ ਨਹੀਂ ਸੀਗਾ। ਇਤਰਾਜ਼ ਕਿਉਂ ਹੋਇਆ, 10/6/2020 ਨੂੰ ਇੱਕ ਮਤਾ ਲੈ ਕੇ ਆਏ ਚੇਅਰਮੈਨ ਸਾਹਿਬ ਵੀ ਜਿਹੜੀਆਂ 172 ਪੋਸਟਾਂ ਨਿਕਲੀਆਂ ਨੇ ਉਹਨਾਂ ਦੇ ਲਈ ਜਿਹੜੀ ਕੁਆਲੀਫਿਕੇਸ਼ਨ ਆ ਉਹਦੇ ਵਿੱਚ 10ਵੀਂ ਦੀ ਯੋਗਤਾ ਪੰਜਾਬੀ ਜਿਹੜੀ 10ਵੀਂ ਤੱਕ ਪੜ੍ਹੀ ਹੋਣੀ ਆ ਉਹ ਹਟਾ ਦਿੱਤੀ ਜਾਵੇ। ਇਹ 10 June 2020, ਇਹ ਹੁਣੇ ਕੁਛ ਦਿਨ ਪਹਿਲਾਂ? ਜੀ ਜੀ ਜੀ। ਅਤੇ ਇਹ 'ਚ ਮਤਾ ਪਾਸ ਕਰਨ ਦੀ ਫਾਈਨਲ ਅਥਾਰਟੀ ਕਿਹਦੇ ਕੋਲ ਹੈ? ਇਹ ਜੀ ਵੋਟਿੰਗ ਹੁੰਦੀ ਹੈ। ਇਸ ਵਕਫ ਬੋਰਡ ਦੇ ਵਿੱਚ ਚੇਅਰਮੈਨ ਸਾਹਿਬ ਸਮੇਤ 4 ਜਿਹੜੇ ਮੈਂਬਰ ਨੇ ਉਹ ਗੈਰ ਪੰਜਾਬੀ ਨੇ ਜੀ, ਅਤੇ ਪਰ 6 ਮੈਂਬਰ ਨੇ ਜਿਹੜੇ ਉਹ ਪੰਜਾਬੀ ਨੇ। ਵੋਟਿੰਗ ਹੋਈ ਤਾਂ ਸਾਡੇ ਇੱਕ ਮੈਂਬਰ ਸਾਹਿਬਾਨ ਅਬਦੁਲ ਵਾਹਿਦ ਨੇ ਪਟਿਆਲੇ ਤੋਂ ਪੰਜਾਬੀ, ਉਹਨਾਂ ਨੇ ਸਾਡੇ ਪੰਜਾਬੀਆਂ ਦੇ ਨਾਲ ਧੋਖਾ ਕੀਤਾ, ਧਰੋਹ ਕੀਤਾ, ਅਤੇ ਉਹਨਾਂ ਦੇ ਹੱਕ ਦੇ ਵਿੱਚ ਵੋਟ ਪਾ ਦਿੱਤੀ, ਪੰਜਾਬੀ ਭਾਸ਼ਾ ਦੇ ਵਿਰੋਧ ਵਿੱਚ ਵੋਟ ਪਾ ਦਿੱਤੀ। ਅਤੇ 5 ਮੈਂਬਰਾਂ ਨੇ, ਸਤਾਰ ਮੁਹੰਮਦ ਲਿਬੜਾ ਹੋਰੀ, ਮੈਡਮ ਰਜ਼ੀਆ ਸੁਲਤਾਨਾ ਦੇ
ਡਾਟਰ ਇਨ ਲਾਅ ਉਹਨਾਂ ਦੀ ਨੂੰਹ ਆ ਜਿਹੜੀ, ਉਹਨਾਂ ਨੇ ਵੀ ਪੰਜਾਬੀ ਦੇ ਹੱਕ ਵਿੱਚ ਵੋਟ ਪਾਏ ਵੀ ਮੈਂ ਪੰਜਾਬੀਆਂ ਦੀ ਨੂੰਹ, ਮੈਂ ਪੰਜਾਬੀ ਹਾਂ। ਪਰ ਉਸ ਇੱਕ ਪੰਜਾਬੀ ਨੇ ਸਾਡੇ ਸਾਰਿਆਂ ਨੂੰ ਇਸ ਕਟਹਿਰੇ ਵਿੱਚ ਇਸ ਜਗ੍ਹਾ 'ਤੇ ਲਿਆ ਕੇ ਖੜਾ ਕਰ ਦਿੱਤਾ, ਆਪਣੀ ਗੱਦਾਰੀ ਕੀਤੀ। ਪਤਾ ਨਹੀਂ ਕੀ ਸੀਗੇ ਉਹਦੇ ਮੋਟਿਵ, ਉਹੀ ਜਾਣਦੇ ਨੇ। ਪਰ ਉਹਨਾਂ ਨੇ ਪੰਜਾਬੀਆਂ ਨਾਲ ਧੋਖਾ ਕੀਤਾ, ਉਹਨਾਂ ਨੇ ਵੋਟ ਪਾ ਦਿੱਤੀ। 5-5 ਵੋਟਾਂ ਟਾਈ ਹੋ ਗਈਆਂ, ਕਾਸਟਿੰਗ ਵੋਟ ਚੇਅਰਮੈਨ ਦੀ ਹੁੰਦੀ ਹੈ, ਉਹਨਾਂ ਨੇ ਪਾ ਕੇ ਉਹ ਮਤਾ ਪਾਸ ਕਰ ਦਿੱਤਾ ਜੀ। ਮਤਲਬ ਤੁਹਾਨੂੰ ਜਿਹੜੇ 4 ਗੈਰ ਪੰਜਾਬੀ ਸੀ ਉਹਨਾਂ ਕੋਲੋਂ ਪਹਿਲਾਂ ਹੀ ਕੋਈ ਉਮੀਦ ਨਹੀਂ ਸੀ, ਲੇਕਿਨ ਜਿਹੜੇ ਤੁਹਾਨੂੰ ਜਿਨ੍ਹਾਂ 'ਤੇ ਉਮੀਦ ਸੀ ਉਹਨਾਂ ਨੇ ਵੀ ਤੁਹਾਡੇ ਨਾਲ ਕਿਤੇ ਵਫਾ ਨਹੀਂ ਕਮਾਈ। ਜਿੱਥੋਂ ਤੱਕ ਵਫਾ ਦੀ ਗੱਲ ਆ, ਉਹਨਾਂ ਤੋਂ ਅਸੀਂ ਆਸ ਰੱਖਦੇ ਹਾਂ, ਰੱਖਦੇ ਹਾਂ ਵੀ ਜੇ ਪੰਜਾਬ ਦੀ ਨੁਮਾਇੰਦਗੀ ਕਰ ਲਈ ਉਹਨਾਂ ਨੂੰ ਭੇਜਿਆ ਤਾਂ ਉਹ ਪੰਜਾਬੀਆਂ ਦੇ, ਪੰਜਾਬੀਅਤ ਦੀ ਅਤੇ ਪੰਜਾਬੀ ਬੋਲੀ ਦੇ ਹੱਕਾਂ ਦੀ ਰਾਖੀ ਕਰਨਗੇ। ਸਾਨੂੰ ਆਸ ਸੀਗੀ, ਅਸੀਂ ਇਹ ਨਹੀਂ ਕਹਿੰਦੇ ਸਾਨੂੰ ਆਸ ਨਹੀਂ ਸੀਗੀ। ਉਹਨਾਂ ਨੇ ਵੀ ਪੰਜਾਬ ਦੇ ਵਿੱਚ ਰਹਿੰਦੇ ਹੋਏ, ਜੇਕਰ ਉਹ ਕਹਿੰਦੇ ਆ ਵੀ ਅਸੀਂ ਹੁਣ ਪੰਜਾਬ 'ਚ ਰਹਿੰਦੇ ਹਾਂ, ਅਸੀਂ ਵੀ ਪੰਜਾਬੀ ਹਾਂ, ਫਿਰ ਉਹਨਾਂ ਨੇ ਪੰਜਾਬੀ ਭਾਸ਼ਾ ਨਾਲ ਧਰੋ ਕਿਉਂ ਕਮਾਇਆ ਵੀ? ਸਾਡਾ ਉਹਨਾਂ ਤੋਂ ਵੀ ਸਵਾਲ ਆ। ਅੱਛਾ, ਇਸ ਤੋਂ ਪਹਿਲਾਂ ਵੀ ਕਦੇ ਗੈਰ ਪੰਜਾਬੀ ਚੇਅਰਮੈਨ ਲਾਏ ਗਏ ਨੇ ਵਕਫ ਬੋਰਡ ਦੇ? ਜੀ ਬਿਲਕੁਲ, ਇਸ ਤੋਂ ਪਿਛਲੀ ਸਰਕਾਰ ਅਕਾਲੀ ਸਰਕਾਰ ਨੇ ਵੀ ਜਹਾਰ ਆਲਮ ਸਾਹਿਬ ਨੂੰ ਚੇਅਰਮੈਨ ਲਾਇਆ ਹੋਇਆ ਸੀਗਾ। ਤੁਸੀਂ ਵਕਫ ਬੋਰਡ ਦੇ ਜਿਹੜੇ ਮੈਂਬਰ ਨੇ ਸਾਹਿਬਾਨ, ਉਹਨਾਂ ਦੇ ਨਾਮ ਦੱਸ ਸਕਦੇ ਕੌਣ 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 ਨੇ ਅਤੇ ਕਿਹਨਾਂ ਨੇ ਐਂਟੀ ਵੋਟ ਪਾਈ ਹੈ ਪੰਜਾਬੀ ਮਾਂ ਬੋਲੀ ਤੋਂ, ਕਿਹਨਾਂ ਨੇ ਹੱਕ 'ਚ ਪਾਈ ਹੈ? ਦੇਖੋ, ਜਿਹੜੇ ਚੇਅਰਮੈਨ ਸਾਹਿਬ ਨੇ ਉਹਨਾਂ ਦਾ ਨਾਂ ਹੈ ਜੁਨੈਦ ਰਜ਼ਾ ਖਾਨ ਜੀ, ਉਹ ਰਾਮਪੁਰ ਦੀ ਰਿਆਸਤ ਦੇ ਨਵਾਬ ਸਾਹਿਬ ਨੇ ਯੂਪੀ ਤੋਂ, ਅਤੇ ਅਬਾਸ ਰਜ਼ਾ ਖਾਨ ਅੰਮ੍ਰਿਤਸਰ ਦੇ ਰਹਿਣ ਵਾਲੇ ਨੇ, ਮਾਈਗ੍ਰੇਟਡ ਨੇ ਯੂਪੀ ਤੋਂ ਜੀ, ਅਤੇ ਮੁਹੰਮਦ ਕਲੀਮ ਆਜ਼ਾਦ ਜਲੰਧਰ ਤੋਂ ਨੇ, ਮਾਈਗ੍ਰੇਟਡ ਨੇ ਬਿਹਾਰ ਦੇ ਜੀ, ਅਤੇ ਮੁਹੰਮਦ ਫਿਆਜ਼ ਫਾਰੂਕੀ ਜੀ, ਐੱਮ ਐੱਫ ਫਾਰੂਕੀ ਆਈ ਪੀ ਐੱਸ, ਉਹ ਸਰਕਾਰ ਵੱਲੋਂ ਜਿਹੜੇ ਇੱਕ ਸਰਕਾਰੀ ਨੁਮਾਇੰਦਾ ਹੁੰਦਾ ਜੀ, ਉਹ ਉਹਨਾਂ ਵੱਲੋਂ ਨੇ। ਇਹ 4 ਨੇ ਜਿਹੜੇ ਇਹ ਮਾਈਗ੍ਰੇਟਡ ਨੇ, ਗੈਰ ਪੰਜਾਬੀ ਨੇ। ਅਤੇ ਜਿਹੜੇ ਅਬਦੁਲ ਵਾਹਿਦ ਪਟਿਆਲੇ ਤੋਂ ਨੇ, ਇਹਨਾਂ ਨੇ ਪੰਜਾਬੀਆਂ ਨੇ ਆਪਣਾ ਪੰਜਾਬੀ ਹੋ ਕੇ ਧੋਖਾ ਕੀਤਾ ਹੈ। ਇਹ ਪਟਿਆਲੇ ਦੇ ਨੇ, ਅਤੇ ਜਿਨ੍ਹਾਂ ਨੇ ਪੰਜਾਬੀ ਮਤੇ ਦੇ ਹੱਕ ਵਿੱਚ, ਪੰਜਾਬੀ ਬੋਲੀ ਦੇ ਹੱਕ ਦੇ ਵਿੱਚ ਆਪਣੀ ਆਵਾਜ਼ ਬੁਲੰਦ ਕੀਤੀ ਹੈ, ਉਹਨੇ ਜੈਨ ਬਖਤਰ ਜੀ ਮਲੇਰਕੋਟਲੇ ਤੋਂ, ਡਾਟਰ ਇਨ ਲਾਅ ਰਜ਼ੀਆ ਸੁਲਤਾਨਾ ਮੈਡਮ ਮੁਸਤਫਾ ਸਾਹਿਬ ਦੀ ਨੂੰਹ, ਅਤੇ ਐਡਵੋਕੇਟ ਅਜ਼ਾਜ਼ ਆਲਮ ਸੋਰੀ ਮਲੇਰਕੋਟਲੇ ਤੋਂ, ਐਡਵੋਕੇਟ ਸ਼ਬਾਨਾ ਮਲੇਰਕੋਟਲੇ ਤੋਂ, ਸਜ਼ਾਦ ਹੁਸੈਨ ਮਲੇਰਕੋਟਲੇ ਤੋਂ, ਅਤੇ ਸਿਤਾਰ ਮੁਹੰਮਦ ਲਿਬੜਾ, ਜਿਨ੍ਹਾਂ ਨੇ ਕਿ ਫਰੰਟ ਦੀ ਲੜਾਈ ਲੜੀ ਹੈ। ਇਹ ਸਾਡੇ ਕੌਮ ਦੇ, ਸਾਡੀ ਪੰਜਾਬੀ ਕੌਮ ਦੇ, ਸਾਡੀ ਮੁਸਲਮਾਨ ਕੌਮ ਦੇ ਹੀਰੋ ਨੇ 5 ਬੰਦੇ। ਅੱਛਾ, ਤੁਹਾਨੂੰ ਲੱਗਦਾ ਹੈ ਕਿ ਇਹ ਜਿਹੜਾ ਫੈਸਲਾ ਪੰਜਾਬੀ 10ਵੀਂ ਵਾਲੀ ਜਿਹੜੀ ਕੰਪਲਸ਼ਨ ਹਟਾ ਦਿੱਤੀ ਗਈ ਹੈ, ਅਤੇ ਇਸਦਾ ਮਕਸਦ ਹੈ ਕਿਸੇ ਬਾਹਰਲਿਆਂ ਨੂੰ ਲਿਆ ਕੇ ਬਿਠਾਉਣਾ? ਦੇਖੋ ਭਾਈ ਜਾਨ, ਇਹ ਤਾਂ ਸਾਫ਼ ਹੀ ਆ, ਜਿਹੜੇ ਬਾਹਰਲੇ ਵੀ ਨੇ ਪੰਜਾਬ ਦੇ ਵਿੱਚ ਰਹਿੰਦੇ ਨੇ ਪਿਛਲੇ 20 ਸਾਲਾਂ ਤੋਂ, ਜਿਨ੍ਹਾਂ ਬੱਚਿਆਂ ਨੇ 10ਵੀਂ ਤੱਕ ਪੰਜਾਬੀ ਪੜ੍ਹੀ ਆ, ਉਹ ਹੁਣ ਬਾਹਰਲੇ ਥੋੜ੍ਹੇ ਨੇ, ਉਹ ਪੰਜਾਬੀ ਨੇ। ਨਹੀਂ ਨਹੀਂ, ਮੈਂ ਅਦਰ ਸਟੇਟਸ ਦੀ ਗੱਲ ਕਰ ਰਿਹਾ, ਜਿਵੇਂ 4 ਮੈਂਬਰ ਅਦਰ ਸਟੇਟਸ। ਉਹੀ ਗੱਲ ਕਹਿੰਦਾ ਜੀ ਮੈਂ, ਅਤੇ ਜੇ ਉਹ 4 ਬਾਹਰਲੇ ਲਾਏ ਨੇ, ਪਹਿਲੀ ਗੱਲ ਤਾਂ ਇਹਦੋਂ ਇਹ ਸਿੱਧ ਹੁੰਦਾ ਵੀ ਪੰਜਾਬ ਦੇ ਮੁਸਲਮਾਨ ਕਾਬਲ ਨਹੀਂ ਹੈਗੇ, ਕਿ ਸਾਨੂੰ ਚੁੱਭਦੀ ਹੈ, ਅੰਦਰੋਂ ਅੰਦਰ ਖਾਂਦੀ ਹੈ ਗੱਲ, ਠੀਕ ਹੈ ਜੀ। ਉਸ ਤੋਂ ਬਾਅਦ ਇਹਨਾਂ ਨੇ ਕੀ ਕੀਤਾ, ਉਹ 4 ਬੰਦਿਆਂ ਨੇ ਜੇ ਇਹ ਮਤਾ ਪਾਸ ਕੀਤਾ ਤਾਂ ਆਪਾਂ ਸਮਝ ਸਕਦੇ ਹਾਂ ਵੀ ਉਹ ਆਪਣੇ ਚਹੇਤਿਆਂ ਨੂੰ ਇਹ ਲਾਉਣਗੇ, ਬਿਹਾਰ ਤੋਂ, ਯੂਪੀ ਤੋਂ, ਜਾਂ ਜਿੱਥੇ ਵੀ ਰਹਿਣ ਵਾਲੇ ਨੇ ਪੰਜਾਬੀ, ਜਿੱਥੇ ਦੇ ਪੰਜਾਬ ਦੇ ਵਿੱਚ, ਭਾਵੇਂ ਯੂਪੀ ਦਾ ਰਹਿੰਦਾ, ਮਹਾਰਾਸ਼ਟਰ ਰਹਿੰਦਾ, ਬਿਹਾਰ ਦਾ ਰਹਿੰਦਾ, ਸਾਨੂੰ ਕੋਈ ਮਾਇੰਡ, ਮਤਲਬ ਇਹਨਾਂ ਦੀ ਨਜ਼ਰ ਵਿੱਚ ਇੱਦਾਂ ਹੈ ਕਿ ਪੰਜਾਬੀ ਜਿਹੜਾ ਨੌਜਵਾਨ ਹੈ ਕਾਬਿਲ ਨਹੀਂ ਹੈ, ਕਿਸੇ ਵੀ ਕਮਿਊਨਿਟੀ ਦਾ ਹੋਵੇ ਉਹ ਕਾਬਿਲ ਨਹੀਂ ਹੈ। ਯੈਸ, ਉਹ ਕਾਬਿਲ ਨਹੀਂ ਹੈਗਾ ਜੀ, ਇਹਨਾਂ ਨੇ ਇਹੀ ਕਿਹਾ ਹੈ। ਅੱਛਾ ਭਾਅ ਜੀ, ਤੁਹਾਨੂੰ ਲੱਗਦਾ ਹੈ ਵੀ ਇਹਨਾਂ ਜਿਹੜੇ ਵੋਟਿੰਗ ਹੋਈ ਹੈ ਉਹਦੇ ਪਿੱਛੇ ਕੋਈ ਸਿਆਸਤ ਵੀ ਹੋ ਸਕਦੀ ਹੈ, ਵੀ ਕਿਸੇ ਨੇ ਜਾਣ ਬੁੱਝ ਕੇ ਅਗੇਂਸਟ ਪਾਈ ਹੋਵੇ ਜਾਂ ਕਿਸੇ ਨੇ ਜਾਣ ਬੁੱਝ ਕੇ ਹੱਕ ਦੇ ਵਿੱਚ ਪਾਈ ਹੋਵੇ? ਨਹੀਂ, ਇਹਦੇ ਤਾਂ ਅਸੀਂ ਕੁਛ ਨਹੀਂ ਕਹਿਣਾ ਚਾਹੁੰਦੇ ਸਿਆਸਤ ਬਾਰੇ, ਪਰ ਇਹ ਜ਼ਰੂਰ ਆ ਕਿ ਵੀ ਕੈਪਟਨ ਸਾਹਿਬ ਜੋ ਵੀ ਮਸਲੇ ਹੁਣ ਤੱਕ ਉਲਝਦੇ ਆਏ ਨੇ ਉਹਨਾਂ ਤੋਂ, ਇਹ ਵੀ ਇੱਕ ਇਸ ਤਰ੍ਹਾਂ ਦੀ ਮਸਲਾ ਕਿ ਉਹਨਾਂ ਨੇ ਇਹਨੂੰ ਬੜੇ ਡੂੰਘੇ ਤਰੀਕੇ ਨਾਲ ਬਾਹਰੋਂ ਲਿਆ ਕੇ ਜਿਹੜਾ ਚੇਅਰਮੈਨ ਲਾਤਾ, ਅਤੇ ਉਸ ਤੋਂ ਬਾਅਦ ਮਤਾ ਵੀ ਪਵਾਤਾ, ਅਤੇ ਪੰਜਾਬੀ ਦਾ ਮੁੱਦਾ ਵੀ ਵਿੱਚੋਂ ਕੱਢਤਾ, ਅਤੇ ਉਹਨੂੰ ਪਾਸ ਵੀ ਕਰਵਾ ਲਿਆ, ਅਤੇ ਇਹਦੇ 'ਤੇ ਮੈਨੂੰ ਲੱਗਦਾ ਵੀ ਕੈਪਟਨ ਸਾਹਿਬ ਕੋਈ ਪੰਜਾਬ ਦੇ ਪੱਖ ਦੀ ਵਧੀਆ ਗੱਲ ਨਹੀਂ ਕਰ ਰਿਹਾ। ਬਿਲਕੁਲ, ਸਵਾਲ ਉੱਠਣੇ ਬੜੇ ਲਾਜ਼ਮੀ ਨੇ, ਬਹੁਤ ਬਹੁਤ ਧੰਨਵਾਦ ਸਾਡੇ ਨਾਲ ਗੱਲਬਾਤ ਕਰਨ ਦੇ ਲਈ। ਸਵਾਲ ਉੱਠਣੇ ਬਿਲਕੁਲ ਲਾਜ਼ਮੀ ਨੇ ਕੈਪਟਨ ਅਮਰਿੰਦਰ ਸਿੰਘ ਦੇ, ਕਿਉਂਕਿ ਜਦੋਂ ਇੱਕ ਪਾਸੇ ਚੰਡੀਗੜ੍ਹ ਦੇ ਵਿੱਚ ਪੰਜਾਬ ਹਿੱਸਾ ਮੰਗ ਰਿਹਾ, ਉਹ ਵੀ ਇੱਕ ਪਾਸੇ ਪੰਜਾਬੀ ਮਾਂ ਬੋਲੀ ਦੀ, ਪਹਿਲਾਂ ਹੀ ਕਈ ਪੱਤਰਕਾਰ ਨੇ, ਕਈ ਹੋਰ ਜਥੇਬੰਦੀਆਂ ਨੇ ਜੋ ਲੜਾਈ ਲੜ ਰਹੀਆਂ ਨੇ ਪੰਜਾਬ ਦੇ ਵਿੱਚ ਪੰਜਾਬੀ ਮਾਂ ਬੋਲੀ ਦੇ ਹੱਕਾਂ ਦੇ ਲਈ, ਅਜਿਹੇ ਦੇ ਵਿੱਚ ਇੱਕ ਫੈਸਲਾ ਆਉਣਾ ਕਿ ਵਕਫ ਬੋਰਡ ਦੇ ਵਿੱਚ 10ਵੀਂ ਪੰਜਾਬੀ ਦੇ ਵਿੱਚ ਕੀਤੀ ਲਾਜ਼ਮੀ ਨਾ ਰੱਖਣਾ, ਇਹ ਆਪਣੇ ਆਪ ਦੇ ਵਿੱਚ ਸਵਾਲ ਖੜ੍ਹੇ ਕਰਦਾ ਇੱਕ ਵਾਰ ਫਿਰ ਕੈਪਟਨ ਅਮਰਿੰਦਰ ਸਿੰਘ ਅਤੇ ਉਹਨਾਂ ਦੀ ਦੋਸਤੀ 'ਤੇ, ਕਿ ਦੋਸਤੀ ਜ਼ਿਆਦਾ ਪਿਆਰੀ ਹੈ ਜਾਂ ਪੰਜਾਬੀ ਅਤੇ ਪੰਜਾਬੀ ਮਾਂ ਬੋਲੀ ਜ਼ਿਆਦਾ ਪਿਆਰੀ ਹੈ? ਇਹ ਦੋਸਤੋ ਫੈਸਲਾ ਤੁਸੀਂ ਵੀ ਕਰ ਸਕਦੇ ਹੋ, ਕਿਉਂਕਿ ਤੁਹਾਡੇ ਕੋਲ ਹੱਕ ਹੈ, ਤੁਸੀਂ ਕਮੈਂਟ ਰਾਹੀਂ ਵੀ ਇਹ ਗੱਲ ਦੱਸ ਸਕਦੇ ਹੋ। ਚੰਡੀਗੜ੍ਹ ਤੋਂ ਦ ਖਬਰਸਾਰ ਦੇ ਲਈ ਠਾਕੁਰ ਅਮਨਦੀਪ ਸਿੰਘ ਦੀ ਰਿਪੋਰਟ।